ਸਾਡੀਆਂ ਹਾੜੀ ਦੀਆਂ ਫਸਲਾਂ ਦਾ ਝਾੜ ਸਿੱਧੇ ਰੂਪ ਦੇ ਵਿੱਚ ਮਾਨਸੂਨ ਦੇ ਉੱਤੇ ਨਿਰਭਰ ਕਰਦਾ ਹੈ। ਮਾਨਸੂਨ ਦੀ ਵਰਖਾ ਦੇ ਸਬੰਧੀ ਇਸ ਸਾਲ ਸ਼ੁਰੂ ਤੋਂ ਹੀ ਖੁਸ਼ਖਬਰੀ ਮਿਲ ਰਹੀ ਹੈ ਕਿ ਮਾਨਸੂਨ ਦੀ ਵਰਖਾ ਜਿਹੜੀ ਹੈਗੀ ਹੈ ਬਹੁਤ ਵਧੀਆ ਰਹਿਣ ਦੀ ਸੰਭਾਵਨਾ ਹੈ। ਤਾਂ ਉਹਦੇ ਵਿੱਚ ਕੁਝ ਦਮੇਂ ਅਪਡੇਟ ਆਈ ਹੈ। ਉਹਦੇ ਸਬੰਧੀ ਮੈਂ ਇਸ ਵੀਡੀਓ 'ਚ ਗੱਲ ਕਰਦਾ ਹਾਂ। ਸਭ ਤੋਂ ਪਹਿਲਾਂ ਕੁਲਦੀਪ ਸਿੰਘ ਸ਼ੇਰਗਿੱਲ ਮਰਖਾਈ ਵੱਲੋਂ ਸਾਰੇ ਕਿਸਾਨ ਸਾਥੀਆਂ ਨੂੰ ਸਤਿ ਸ਼੍ਰੀ ਅਕਾਲ। ਦੋਸਤੋ ਇਸ ਟਾਈਮ ਤੇ ਇੱਕ ਯਮਨ ਦੇ ਉੱਪਰ ਇੱਕ ਡੀਪ ਡਿਪਰੈਸ਼ਨ ਬਣਿਆ ਹੋਇਆ ਹੈ ਦੂਸਰੇ ਪਾਸੇ ਇੱਕ ਸਾਈਕਲੋਨਿਕ ਸਰਕੂਲੇਸ਼ਨ ਬਣੀ ਹੋਈ ਹੈ ਅਰਬ ਸਾਗਰ ਦੇ ਉੱਪਰ ਜਿਹੜੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਡੀਪ ਡਿਪਰੈਸ਼ਨ ਦੇ ਵਿੱਚ ਬਦਲ ਜਾਏਗੀ ਤਾਂ ਇਹ ਦੋਵੇਂ ਚੀਜ਼ਾਂ ਮਾਨਸੂਨ ਨੂੰ ਬੜੀ ਤੇਜ਼ੀ ਦੇ ਨਾਲ ਅਗਲੇ ਪਾਸੇ ਨੂੰ ਖਿੱਚ ਰਹੀਆਂ ਤੇ ਮਾਨਸੂਨ ਦੀ ਗਤੀ ਬੜੀ ਸੋਹਣੀ ਬਣੀ ਹੋਈ ਹੈ ਪ੍ਰਾਈਵੇਟ ਮੌਸਮ ਏਜੰਸੀ ਜੋ ਕਿ ਸਕਾਈ ਮੈਟ ਹੈ ਉਹਨਾਂ ਦਾ ਕਹਿਣਾ ਹੈ ਕਿ ਅੱਜ ਯਾਨੀ ਕਿ 30 ਮਈ 2020 ਨੂੰ ਕੇਰਲਾ ਦੇ ਵਿੱਚ ਮਾਨਸੂਨ ਪਹੁੰਚ ਚੁੱਕਾ ਹੈ ਕਿਉਂਕਿ ਜਿਹੜੇ ਅਸੀਂ ਪੈਰਾਮੀਟਰ ਦੇ ਆਧਾਰ ਤੇ ਮਾਨਸੂਨ ਪਹੁੰਚਣ ਦੀ ਘੋਸ਼ਣਾ ਕਰਦੇ ਹਾਂ ਉਹ ਪੂਰੇ ਹੋ ਚੁੱਕੇ ਹੈ ਤੇ ਉਸ ਜਗ੍ਹਾ ਤੇ ਭਾਰੀ ਵਰਖਾ ਹੋ ਰਹੀ ਹੈ ਤਾਂ ਇਹ ਹਿਸਾਬ ਦੇ ਨਾਲ ਜੇ ਚੱਲਿਏ ਤਾਂ ਸਾਡੇ ਪੰਜਾਬ ਦੇ ਵਿੱਚ 30 ਜੂਨ ਜਾਂ ਉਸ ਤੋਂ ਪਹਿਲਾਂ ਮਾਨਸੂਨ ਪਹੁੰਚ ਸਕਦਾ ਹੈ ਦੂਸਰੇ ਪਾਸੇ ਇਹ ਜੋ ਸਾਈਕਲੋਨਿਕ ਸਰਕੂਲੇਸ਼ਨ ਬਣੀ ਹੋਈ ਹੈ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਡੀਪ ਡਿਪਰੈਸ਼ਨ ਦੇ ਵਿੱਚ ਬਦਲੇਗੀ ਜਦੋਂ ਡੀਪ ਡਿਪਰੈਸ਼ਨ ਦੇ ਵਿੱਚ ਇਹ ਬਦਲ ਜਾਂਦੀ ਹੈ ਤਾਂ ਫਿਰ ਇਹ 1 ਜੂਨ ਨੂੰ ਗੋਆ 2 ਨੂੰ ਮੁੰਬਈ ਅਤੇ 3 ਨੂੰ ਜਿਹੜਾ ਹੈਗਾ ਗੁਜਰਾਤ ਦੇ ਤੱਟਾਂ ਤੱਕ ਪਹੁੰਚੇਗੀ ਜਿਦੇ ਕਰਕੇ 1 ਤੋਂ ਲੈ ਕੇ 4 ਜੂਨ ਤੱਕ ਕੋਂਕਣ, ਗੋਆ, ਮੁੰਬਈ ਅਤੇ ਗੁਜਰਾਤ ਦੇ ਟੱਟਾਂ ਦੇ ਉੱਪਰ ਭਾਰੀ ਵਰਖਾ ਹੋਣ ਦੀ ਸੰਭਾਵਨਾ ਹੈ। ਹੁਣ ਮਾਨਸੂਨ ਸੰਬੰਧੀ ਜੇ ਭਾਰਤੀ ਮੌਸਮ ਵਿਭਾਗ ਦਿੱਲੀ ਦੀ ਖਬਰ ਪੜੀਏ ਤਾਂ ਉਹਨਾਂ ਦੇ ਅਨੁਸਾਰ ਹਜੇ ਤੀਕ ਇਹ ਘੋਸ਼ਣਾ ਨਹੀਂ ਕੀਤੀ ਗਈ ਕਿ ਮਾਨਸੂਨ ਜਿਹੜਾ ਕੇਰਲਾ ਪਹੁੰਚ ਚੁੱਕਾ ਹੈ। ਭਾਰਤੀ ਮੌਸਮ ਵਿਭਾਗ ਦੇ ਅਨੁਸਾਰ 1 ਜੂਨ 2020 ਨੂੰ ਮਾਨਸੂਨ ਜਿਹੜਾ ਹੈਗਾ ਉਹ ਕੇਰਲਾ ਪਹੁੰਚੇਗਾ ਪਰੰਤੂ ਵਰਖਾ ਨੇ ਕੇਰਲਾ ਵਿੱਚ ਜ਼ੋਰ ਫੜ ਲਿਆ ਹੈ ਤਾਂ ਇਸੇ ਤਰੀਕੇ ਦੇ ਨਾਲ ਜੇ ਅਸੀਂ ਦੇਖਦੇ ਹਾਂ ਤਾਂ ਕੇਰਲਾ ਹੀ ਨਹੀਂ ਇਸ ਡੀਪ ਡਿਪਰੈਸ਼ਨ ਦੇ ਕਰਕੇ ਆਉਣ ਵਾਲੇ ਦਿਨਾਂ ਦੇ ਵਿੱਚ ਕੌਂਕਣ, ਗੋਆ, ਮੁੰਬਈ ਤੇ ਗੁਜਰਾਤ ਦੇ ਤੱਟਾਂ ਤੱਕ ਵਰਖਾ ਹੋਏਗੀ। ਬਾਕੀ ਭਾਰਤੀ ਮੌਸਮ ਵਿਭਾਗ ਨੇ ਇਸ ਸਾਲ ਮਾਨਸੂਨ ਪਹੁੰਚਣ ਦੀਆਂ ਤਰੀਕਾਂ ਦੇ ਵਿੱਚ ਬਦਲਾਅ ਕੀਤਾ ਹੈ। ਜੋ ਕਿ ਭਾਰਤੀ ਮੌਸਮ ਵਿਭਾਗ ਦੇ ਅਨੁਸਾਰ ਪੰਜਾਬ ਦੇ ਵਿੱਚ ਜੋ ਪਹਿਲਾਂ ਮਾਨਸੂਨ ਜੁਲਾਈ ਵਿੱਚ ਪਹੁੰਚਦੀ ਸੀ ਉਹਦੀ ਨਵੀਂ ਤਰੀਕ ਇਹਨਾਂ ਨੇ 30 ਜੂਨ ਦਿੱਤੀ ਹੈ। ਪਰੰਤੂ ਜੋ ਹਾਲਾਤ ਇਸ ਸਮੇਂ ਬਣੇ ਹੋਏ ਆ ਜਿਸ ਤਰੀਕੇ ਦੇ ਨਾਲ ਤੇਜ਼ੀ ਦੇ ਨਾਲ ਮਾਨਸੂਨ ਅੱਗੇ ਵਧ ਰਿਹਾ ਹੈ ਤਾਂ ਉਸ ਹਿਸਾਬ ਦੇ ਨਾਲ ਹੀ ਲੱਗਦਾ ਹੈ ਕਿ ਸਾਡੇ ਪੰਜਾਬ ਦੇ ਵਿੱਚ 30 ਜੂਨ ਤੋਂ ਪਹਿਲਾਂ ਵੀ ਮਾਨਸੂਨ ਦਸਤਕ ਦੇ ਸਕਦਾ ਹੈ। ਬਾਕੀ ਇਸ ਸਾਲ ਮਾਨਸੂਨ ਵਧੀਆ ਰਹਿਣ ਦੀ ਸੰਭਾਵਨਾ ਹੈ ਨਾਰਮਲ ਰਹਿਣ ਦੀ ਸੰਭਾਵਨਾ ਹੈ ਤੇ ਕੁਝ ਇੰਟਰਨੈਸ਼ਨਲ ਏਜੰਸੀਸ ਦੇ ਅਨੁਸਾਰ ਲਾ ਨੀਨੋ ਪ੍ਰਭਾਵ ਵੀ ਇਸ ਸਾਲ ਮਾਨਸੂਨ ਦੇ ਉੱਪਰ ਪਾਏਗਾ ਜਦੋਂ ਲਾ ਨੀਨੋ ਪ੍ਰਭਾਵ ਪੈਂਦਾ ਹੈ ਤੇ ਉਸ ਸਮੇਂ ਕੁਝ ਇਲਾਕਿਆਂ ਦੇ ਵਿੱਚ ਤੂਫਾਨੀ ਮਾਨਸੂਨੀ ਵਰਖਾ ਹੋਣ ਦੇ ਚਾਂਸਸ ਹੁੰਦੇ ਆ ਥੋੜੇ ਟਾਈਮ ਦੇ ਵਿੱਚ ਕੁਝ ਜਗ੍ਹਾ ਤੇ ਬਹੁਤ ਜ਼ਿਆਦਾ ਵਰਖਾ ਹੋ ਜਾਂਦੀ ਹੈ ਤਾਂ ਕੁੱਲ ਮਿਲਾ ਕੇ ਇਸ ਸਾਲ ਮਾਨਸੂਨ ਦੀ ਜੋ ਗੱਦੀ ਨੂੰ ਦੇਖਦੇ ਹੋਏ ਉਮੀਦ ਹੈ ਕਿ ਮਾਨਸੂਨ ਟਾਈਮ ਸਿਰ ਪਹੁੰਚੇਗਾ